ਫਾਜ਼ਿਲਕਾ ਦੇ ਫਿਰੋਜ਼ਪੁਰ ਰੋਡ ਤੇ ਪਿੰਡ ਥੇ ਕਲੰਦਰ ਦੇ ਨੇੜੇ ਕਿਸਾਨਾਂ ਨੇ ਰੋਕੇ ਬਾਹਰੋਂ ਆਏ ਝੋਨੇ ਦੇ ਟਰੱਕ 6 ਟਰੱਕਾਂ ਨੂੰ ਕੀਤਾ ਕਾਬੂ। ਫਾਜ਼ਿਲਕਾ ਦੇ ਵਿੱਚ ਬਾਹਰੋਂ ਝੋਨਾ ਆਉਣ ਦੀ ਖਬਰ ਮਿਲਣ ਤੋਂ ਬਾਅਦ ਕਿਸਾਨਾਂ ਵੱਲੋਂ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਪਿੰਡ ਥੇ ਕਲੰਦਰ ਦੇ ਨੇੜੇ 6 ਟਰੱਕਾਂ ਨੂੰ ਕਾਬੂ ਕਰ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਟਕੋਂਦਾ ਦੇ ਜ਼ਿਲ੍ਹਾ ਪ੍ਰਧਾਨ ਹਰੀਸ਼ ਨੱਡਾ ਨੇ ਦੱਸਿਆ ਕਿ ਫਾਜ਼ਿਲਕਾ ਦੇ ਵਿੱਚ ਬਾਹਰੋਂ ਝੋਨਾ ਲਿਆ ਜਾ ਰਿਹਾ ਹੈ ਅਤੇ 6 ਟਰੱਕਾਂ ਨੂੰ ਉਹਨਾਂ ਵੱਲੋਂ ਕਾਬੂ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸਸਤੇ ਰੇਟ ਦੇ ਵਿੱਚ ਕਿਸਾਨਾਂ ਦਾ ਝੋਨਾ ਬਾਹਰਲੇ ਸ਼ਹਿਰਾਂ ਦੇ ਵਿੱਚੋਂ ਖਰੀਦ ਕੇ ਵਪਾਰੀ ਲਿਆ ਰਹੇ ਹਨ। ਉਹਨਾਂ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਤਾਂ MSP ਦੀ ਗਰੰਟੀ ਦੇ ਰਹੀ ਹੈ, ਲੇਕਿਨ ਦੂਜੇ ਪਾਸੇ ਵਪਾਰੀਆਂ ਵੱਲੋਂ ਕਿਸਾਨਾਂ ਦੀ ਖੁੱਲ੍ਹੀ ਲੁੱਟ ਕੀਤੀ ਜਾ ਰਹੀ ਹੈ। ਬਾਹਰਲੀਆਂ ਮੰਡੀਆਂ ਤੋਂ ਸਸਤੇ ਭਾਅ ਦੇ ਵਿੱਚ ਝੋਨਾ ਲਿਆ ਕੇ ਫਾਜ਼ਿਲਕਾ ਦੇ ਸ਼ੈਲਰਾਂ ਦੇ ਵਿੱਚ ਸਟਾਕ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਅੱਜ 4 ਟਰੱਕਾਂ ਨੂੰ ਸਵੇਰੇ ਅਤੇ 2 ਟਰੱਕਾਂ ਨੂੰ ਉਸ ਤੋਂ ਬਾਅਦ ਕਾਬੂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਦੇ ਸ਼ੈਲਰਾਂ ਦੇ ਵਿੱਚ ਸਸਤੇ ਭਾਅ ਤੇ ਕਿਸਾਨਾਂ ਦਾ ਝੋਨਾ ਲਿਆ ਕੇ ਖੁੱਲ੍ਹੀ ਲੁੱਟ ਕੀਤੀ ਜਾ ਰਹੀ ਹੈ, ਜਿਸ ਦਾ ਉਹਨਾਂ ਦੀ ਜਥੇਬੰਦੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਇਹ ਗੱਲ ਕਹਿੰਦਾ ਹੈ MSP ਜੀ MSP ਹੈ ਔਰ MSP ਰਹੂਗੀ, ਔਰ ਦੂਜੇ ਪਾਸੇ ਕੀ ਹੈ ਇਹ 3 ਕਾਲੇ ਕਾਨੂੰਨਾਂ ਦੇ ਜ਼ਰੀਏ ਜਿੱਦਾਂ ਸਰਕਾਰ ਨੇ ਕਿਹਾ 3 ਕਾਲੇ ਕਾਨੂੰਨਾਂ ਦੇ ਜ਼ਰੀਏ ਵੀ ਵਪਾਰੀ ਨੂੰ ਛੂਟ ਹੈ, ਜਿੱਥੋਂ ਮਰਜ਼ੀ ਹਿੰਦੁਸਤਾਨ ਦੇ ਵਿੱਚੋਂ ਮਾਲ ਜਿਹੜਾ ਖਰੀਦ ਕੇ ਉਹ ਲਿਆ ਸਕਦਾ। ਅੱਜ ਉਹੀ ਹਾਲ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ। ਅੱਜ ਦੇਖੋ ਪੰਜਾਬ ਦੇ ਵਿੱਚ MSP ਤੇ ਜਿਹੜਾ ਪਰਮਲ ਝੋਨਾ 1800-1900 ਰੁਪਈਏ ਜਿਹੜਾ ਵਿਕ ਰਿਹਾ ਅੱਜ ਦੇ ਟਾਈਮ, ਪਰ ਜਿਹੜੇ ਵਪਾਰੀ ਹੈ ਸਸਤੇ ਰੇਟਾਂ ਤੇ ਜਿਹੜਾ ਬਾਹਰਲੀਆਂ ਸਟੇਟਾਂ ਤੋਂ ਜਿਹੜਾ ਝੋਨਾ ਲਿਆ ਕੇ ਆਪਦੇ ਜਿਹੜੇ ਸਟਾਕ ਪੂਰੇ ਕਰ ਲੈਣਗੇ, ਔਰ ਸਾਡਾ ਜਿਹੜਾ ਝੋਨਾ ਉਹ ਮੰਡੀਆਂ ਦੇ ਵਿੱਚ ਰੁਲੂਗਾ, ਔਰ ਇਹੀ ਜਿਹੜੇ ਵਪਾਰੀ ਸਾਡੇ ਝੋਨੇ ਨੂੰ ਜਿਹੜੇ ਉਹ ਠੁੱਡੇ ਮਾਰਨਗੇ। ਸੋ ਮੈਂ ਸਾਰੇ ਕਿਸਾਨ ਸਾਥੀਆਂ ਨੂੰ ਅਪੀਲ ਕਰਦਾ, ਆਪਦੀਆਂ ਡਿਊਟੀਆਂ ਸਮਝੋ, ਵੱਖ ਵੱਖ ਟੋਲ ਟੈਕਸਾਂ ਤੇ ਵੱਖ ਵੱਖ ਬੈਰੀਅਰ ਤੇ ਜਿਹੜੀ ਆਪਦੀ ਡਿਊਟੀ ਸਮਝ ਕੇ ਉੱਥੇ ਨਾਕੇ ਲਾਓ, ਔਰ ਹਰੇਕ ਜਿਹੜੀ ਹੈ ਗੱਡੀ ਦੂਜੀ ਸਟੇਟ ਦੇ ਵਿੱਚੋਂ ਆ ਰਹੀ ਉਹਨੂੰ ਚੈੱਕ ਕਰੋ ਵੀ ਇਹ ਝੋਨਾ ਕਿਹੜੀ ਸਟੇਟ ਤੋਂ ਆ ਰਿਹਾ, ਉਹਦੀਆਂ ਬਿਲਟੀਆਂ ਚੈੱਕ ਕਰੋ। ਆਹ ਦੇਖੋ ਤੁਹਾਡੇ ਸਾਹਮਣੇ ਹਨੂਮਾਨਗੜ੍ਹ ਤੋਂ ਇਹ ਝੋਨਾ ਖਰੀਦ ਕੇ ਲਿਆਏ ਨੇ ਜਗਦੀਸ਼ ਰਾਈਸ ਮਿੱਲ ਜਲਾਲਾਬਾਦ। ਦੇਖੋ ਇਹ 14 ਝੋਨੇ ਦੀ ਕਿਸਮ ਹੈ, ਔਰ ਇਹਨਾਂ ਨੇ 1700 ਰੁਪਈਏ ਜਿਹੜਾ ਉਹ ਖਰੀਦ ਕੇ ਲਿਆਏ ਹੈ। ਸੋ ਇਸ ਤੋਂ ਵੀ ਇਹ ਜਿਹੜੀਆਂ ਬਿਲਟੀਆਂ ਇਹ ਵੀ ਸਹੀ ਨਹੀਂ, ਬਿਲਟੀਆਂ 'ਚ ਬਹੁਤ ਧਾਂਦਲੀ ਹੈ, ਬਿਲਟੀਆਂ ਬਿਲਕੁਲ ਕੋਈ ਸਹੀ ਨਹੀਂ ਕੱਟੀਆਂ ਗਈਆਂ। ਬਿਲਟੀਆਂ ਦੇ ਵਿੱਚ ਵੀ ਰੇਟ ਜਿਹੜਾ ਵੱਧ ਤੋਂ ਵੱਧ ਜਿਹੜਾ ਲਾਇਆ ਗਿਆ ਗੁੰਮਰਾਹ ਕਰਨ ਦੇ ਲਈ। ਸੋ ਸਾਥੀਓ, ਇਸ ਲਈ ਸਾਨੂੰ ਜਾਗਣਾ ਪੈਣਾ, ਸਾਰੇ ਕਿਸਾਨਾਂ ਨੂੰ ਜਿਹੜਾ ਇਕਜੁੱਟ ਹੋਣਾ ਪੈਣਾ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਇਹ ਲੁੱਟ ਇੱਥੇ ਨਹੀਂ ਰੁਕਣੀ, ਇਹ ਲੁੱਟ ਹੋਰ ਜਿਹੜੀ ਦਿਨੋਂ ਦਿਨ ਵੱਧਦੀ ਜਾਣੀ ਹੈ। ਬਾਸਮਤੀ ਆ ਰਿਹਾ, ਬਾਸਮਤੀ ਜਿਹੜਾ 11-21 ਉਹ ਸਾਡਾ ਮੰਡੀਆਂ ਦੇ ਵਿੱਚ ਰੁਲੂਗਾ। ਸੋ ਇਸੇ ਤਰ੍ਹਾਂ ਦੇ ਹਾਲਾਤ ਬਣੇ ਰਹਿ ਤਾਂ ਮੈਂ ਕਹਾਂਗਾ ਕਿਸਾਨ ਦੀ ਜਿਹੜੀ ਮੌਤ ਹੈ ਉਹ ਨਿਸ਼ਚਿਤ ਹੈ। ਅੱਜ ਜਿਹੜੇ ਮੇਰੇ ਕਿਸਾਨ ਵੀਰ ਅਜੇ ਵੀ ਘਰਾਂ ਦੇ ਵਿੱਚ ਬੈਠੇ ਨੇ, ਸੋਚ ਰਹੇ ਨੇ ਵੀ ਅਸੀਂ ਕੀ ਜਾਣਾ ਕਿਸਾਨੀ ਅੰਦੋਲਨ 'ਤੇ, ਉਹ ਗੱਲ ਨੂੰ ਧਿਆਨ 'ਚ ਰੱਖਣ। ਅੱਜ ਇਹ ਹਾਲਾਤ ਹੋ ਗਏ ਤਾਂ ਤੁਹਾਡੇ ਜਿਹੜੇ ਬੱਚਿਆਂ ਦਾ ਭੁੱਖਾ ਮਰਨਾ ਉਹ ਨਿਸ਼ਚਿਤ ਹੈ। ਸੋ ਸਾਰੇ ਸਾਥੀ ਜਿਹੜੀ ਆਪਣੀ ਜ਼ਿੰਮੇਵਾਰੀ ਸਮਝਣ, ਵੱਖ ਵੱਖ ਬੈਰੀਅਰਾਂ 'ਤੇ ਜਿਹੜੀ ਆਪਣੀ ਡਿਊਟੀ ਸਮਝਣ, ਔਰ ਝੋਨੇ ਨੂੰ ਜਿਹੜਾ ਚੈੱਕ ਕਰਨ ਤਾਂ ਜੋ ਜਿਹੜੇ ਬਾਹਰਲੀਆਂ ਸਟੇਟਾਂ ਦਾ ਝੋਨਾ ਆ ਰਿਹਾ ਉਹਦੇ 'ਤੇ ਠੱਲ ਪਾਈ ਜਾ ਸਕੇ। ਅੱਜ ਟੂਲ ਟੈਸਟ 'ਤੇ ਕਿੰਨੇ ਟਰਾਲੇ ਰੋਕੇ ਗਏ ਜੀ? ਦੇਖੋ ਸੁਬਹਾ ਜਿਹੜੇ ਚਾਰ ਟਰਾਲੇ ਜਿਹੜੇ ਉਹ ਸੁਬਹਾ ਇੱਥੇ ਰੋਕੇ ਗਏ ਸੀ, 2 ਟਰਾਲੇ ਜਿਹੜੇ ਹੁਣ ਰੋਕੇ ਗਏ, ਉਹਨਾਂ ਨੂੰ ਬਕਾਇਦਾ ਜਿਹੜਾ ਚੈੱਕ ਕੀਤਾ ਗਿਆ, ਔਰ ਉਹਦੇ 'ਚ ਜਿਹੜਾ 14 ਝੋਨੇ ਦੀ ਜਿਹੜੀ ਕਿਸਮ ਹੈ ਉਹ ਬਰਾਮਦ ਹੋਈ। ਫਿਰ ਦੂਜੀ ਗੱਲ ਹੈ, ਆਮ ਤੌਰ 'ਤੇ ਜਿਹੜੀ ਹੈ 35 ਕਿਲੋ ਦੀ ਜਿਹੜੀ ਭਰਤੀ ਹੁੰਦੀ ਹੈ, ਇਹ ਕੋਈ 60 ਕਿਲੋ ਦੀ ਭਰਤੀ ਹੈ, ਕੋਈ 50 ਕਿਲੋ ਦੀ ਹੈ, ਕੋਈ 65 ਕਿਲੋ ਦੀ ਹੈ, ਮਤਲਬ ਇੱਕ ਦੜਾ ਕਰਕੇ ਸਾਡੀ ਅੱਖਾਂ 'ਚ ਘੱਟਾ ਪਾਉਣ ਲਈ ਇਹ ਜਿਹੜਾ ਸਾਨੂੰ ਗੁੰਮਰਾਹ ਕਰਕੇ ਜਿਹੜੀ